सत श्री अकाल जी सारयां नूं, तुहाडा स्वागत आ बई अपने नवें व्लॉग च। ते अपना ट्रैक्टर खड़ा होया सी 265 चड्डे वाले पिंड, ते आपां उहनूं इंजन चेंज करन डए सां। उहदा माड़ा मोटा मोडिफिकेशन जिहड़ी हैगी आ उह करन डए हां, इंजन चेंज कीता आ आपां। ते आपां जा रहे हां हुण, इस टाइम गड्डी च बैठा, ते घरे जा के तुहानूं मैं दिखाउणा वी की इहदा किवें फिटिंग आई, की हिसाब किताब आ, किवें आ, ते करिओ चैक जरूर। ਚਲੋ ਜੀ, ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਕਿ 265 'ਚ ਆਪਾਂ ਕਿਹੜਾ ਕਿਹੜਾ ਕੰਮ ਕੀਤਾ। ਅਤੇ ਆਹ ਪਹਿਲਾਂ ਵੇਖ ਲਓ ਸਾਰਿਆਂ ਨੇ ਇੰਜਨ, ਕਈ ਵੀਰ ਕਮੈਂਟ ਕਰਦੇ ਪਏ ਸੀ ਉਹਦੇ ਇੰਸਟਾਗ੍ਰਾਮ 'ਤੇ ਸੰਧੂ ਵਰਕਸ਼ਾਪ ਵਾਲੀ ਦੀ ID 'ਤੇ ਕਿ ਸਾਰੀ ਡਿਟੇਲ ਦੱਸੋ। ਦੇਖਦੇ ਆਹ ਟਰਬੋ ਲੱਗੀ ਆ, ਕੰਪਨੀ ਫਿਟਡ, ਸ਼ਾਇਦ ਇਹਨੂੰ ਵੱਡੀ ਟਰਬੋ ਲਾਈ ਜਾਊਗੀ। ਅਤੇ ਉਂਝ ਵੈਸੇ ਹੈਗਾ ਇਹ 58 horsepower, ਇਹ ਹੈਗਾ ਇਹ 595 ਵਾਲੇ ਦਾ ਇੰਜਨ ਆ। ਇੰਜਨ ਦੂਜਾ ਹੈਗਾ ਇਹ 15-16 ਮਾਡਲ ਦਾ ਇੰਜਨ ਆ। ਅਤੇ ਦੇਖ ਸਕਦੇ ਸਟਿੱਕਰ ਵੀ ਲੱਥਾ ਤੁਹਾਨੂੰ ਖਾਉਣਾ, ਜਿਹੜਾ ਹੀਟ ਹੋ ਜਾਂਦਾ ਜ਼ਿਆਦਾ ਵੀ ਸਟਿੱਕਰ ਆਉਣੇ ਲੱਗਾ ਆ, ਜਾਂ ਬਾਕੀ ਬਾਹਰ ਖੜ੍ਹੇ ਕਰਕੇ ਨਿਗਾਲ ਜਿਹਾ ਪਈ ਜਾਂਦਾ ਪਿਆ ਇਹਨੂੰ। ਅਤੇ ਬਾਕੀ ਆਪਾਂ ਇਹਨੂੰ ਹੋ ਜਾਣੀ ਬਦਲੀ, ਜਿਹੜੀ ਇੱਥੇ ਹੁੰਦੀ ਆ, ਦੂਜੀ ਹੁੰਦੀ ਇਹਨੂੰ ਇਹਨਾਂ ਦੇ ਆ ਸੁਰਮੇ ਵਾਲੀ ਹੁੰਦੀ, ਇਹਨੂੰ ਬੈਰਿੰਗ ਵਾਲੀ ਪਾਤੀ ਆਪਾਂ, ਠੀਕ ਆ। ਅਤੇ ਆਹ ਆਪਾਂ ਫਿਲਟਰ ਇਹਦੇ ਬਾਹਰ ਕੱਢਦੇ ਆ। ਅਤੇ ਟਾਇਰ ਵੀ ਨੂੰ ਆਪਾਂ 15 ਪਾਵਾਂਗੇ ਸ਼ਾਇਦ, ਠੀਕ ਆ, ਹਜੇ ਰੋਕ ਕੇ ਪਾਵਾਂਗੇ ਟਾਇਰ। ਕਦੋਂ ਪਾਉਣੇ ਟਾਇਰ? ਹੁਣੇ ਪਾ ਦੇਣੇ ਆਪਾਂ ਕਿ ਹੈਂ ਪਾ ਦੇਣੇ ਕਿ। ਅਤੇ ਬੰਪਰ ਵੀ ਚੇਂਜ ਹੋਊਗਾ ਇਹਦਾ, ਇਹ ਵੀ ਨਵਾਂ ਲੱਗੂਗਾ। ਅਤੇ ਸਟੇਅਰਿੰਗ ਦਾ ਲਾ ਦਿੱਤਾ ਸੋਨਾ ਲਿਕੇ ਦਾ, ਸਕਦੇ ਹੋ ਉਹਨਾਂ ਨਹੀਂ ਕਰਨਾ ਪੋਨਾ ਨਹੀਂ ਕਰ। ਇੱਕ ਵਾਰੀ ਤਾਂ ਧੱਕ ਪੈ ਗਈ। ਅਤੇ ਟਰੈਕਟਰ ਅੱਗੇ ਨਾਲ ਹੋ ਗਿਆ ਲੰਮਾ, ਤੁਹਾਨੂੰ ਦਿਖਾਉਣੇ ਆ, ਠੀਕ ਆ। ਆਹ ਵੇਖੋ, ਆਹ ਪੈਪ ਹੁੰਦੀ ਸੀ ਇੱਥੇ, ਅਤੇ ਆਹ ਚੱਲ ਗਈ, ਕਿੰਨੀ ਪਿੱਛੇ ਚਲ ਗਈ ਆ। ਅਤੇ ਆਹ ਇੱਕ ਪੈਪ ਜਿਹੜੀ ਹੁੰਦੀ ਲਿਫਟ ਵਾਲੀ, ਆਹ ਇੱਥੇ ਲੱਗ ਗਈ। ਅਤੇ ਆਹ ਦੇਖ ਸਕਦੇ ਕਿੰਨਾ ਫਰਕ ਪੈ ਗਿਆ, ਲੰਮਾ ਟਰੈਕਟਰ ਹੋ ਚੁੱਕਿਆ। ਇਹ ਪੈਪ ਉੱਥੋਂ ਲੈ ਗਏ ਅਤੇ ਇੱਥੇ ਆਉਣੀ ਆ, ਠੀਕ ਆ। ਇਹ ਜਾਣੀ ਵੈਸੇ ਇੱਥੇ, ਇਹਦੀ ਪੈਪ ਵੀ ਬਦਲਣੀ ਪੈਣੀ ਆ ਸਾਨੂੰ, ਅਤੇ ਉਹ ਵੀ ਆਪਾਂ ਨਵੀਂ ਲਿਆਵਾਂਗੇ। ਅਤੇ ਚਲੋ, ਤੁਹਾਨੂੰ ਜਦੋਂ ਟਰੈਕਟਰ ਪੂਰਾ ਤਿਆਰ ਹੋ ਗਿਆ ਫਿਰ ਫੁੱਲ ਵੀਡੀਓ ਆਊਗੀ, ਇਹ ਦੱਸਿਓ ਕਮੈਂਟ ਕਰਕੇ। ਅਤੇ ਜਿਵੇਂ ਇੱਕ ਕਿਸੇ ਵੀਰ ਨੇ ਟਰੈਕਟਰ ਤਿਆਰ ਕੀਤਾ ਸੀ ਇੱਥੇ, ਅਰਜਨ ਦਾ ਇੰਜਨ ਲਾ ਕੇ ਚਿੱਟਾ ਕੀਤਾ ਸੀ ਇੰਜਨ, ਬਾਕੀ ਸਾਰਾ ਉਵੇਂ ਕਰੀਏ ਜਾਂ ਇਹਨੂੰ ਰੈਡੀ ਕਰੀਏ ਇੰਜਨ ਨਾਲ ਦਾ ਹੀ ਕਰੀਏ, ਉਹਦੇ ਪਹਿਲੇ ਇੰਜਨ ਨਾਲ ਦਾ ਹੀ ਕਰੀਏ, ਇਹ ਕਮੈਂਟ ਕਰਕੇ ਦੱਸਿਓ। ਅਤੇ ਮਗਰ ਆਡੂ ਵੀ ਆਪਾਂ ਇਹਦੇ ਨਵੇਂ ਲਿਆਉਂਦੇ, ਉਹ ਵੀ ਖਾਉਣਾ ਤੁਹਾਨੂੰ। ਅਤੇ ਦੇਖ ਸਕਦੇ ਹੋਲ ਸੈੱਟ ਦੀ ਇਹਨੂੰ ਟਰਬੋ ਲੱਗੀ ਹੋਈ ਆ, ਅਤੇ ਆਪਾਂ ਸ਼ਾਇਦ ਇਹਨੂੰ ਟੈਲਕੋ ਦੀ ਲਾਈਏ, ਅਤੇ ਛੋਟੀ ਆ ਟਰਬੋ ਆਪਾਂ ਵੱਡੀ ਕਰ, ਇਹ 58 HP ਆ। ਜੇ ਆਪਾਂ ਇਹਨੂੰ ਟਰਬੋ ਚੇਂਜ ਕਰ ਦਾਂਗੇ ਇਹਨੂੰ ਆਪਾਂ 65 horsepower ਬਣਾ ਸਕਦੇ ਹਾਂ, ਠੀਕ ਆ। ਅਤੇ ਮੰਨ ਕੇ ਚਲੋ ਹੈਗਾ 60 ਇੱਕ ਹਿਸਾਬ ਦਾ, ਪਾਵਰ ਤਾਂ 60 ਹੀ ਆ, ਕਹਿੰਦੇ 58 ਦਿੰਦੇ 60 horsepower ਹੀ ਹੈ। ਅਤੇ ਆਹ ਵੇਖੋ, ਇਹਦੇ ਪੈਪਾਂ ਹੀ ਦੇ, ਉਹ ਵੀ ਲੱਗਾ ਕਿ ਤੇਲ ਦੀ ਸਪਲਾਈ ਪਾਣੀ 'ਚ ਜਾਂਦੀ ਕਿ ਠੰਡਾ ਰਹੇ। ਅਤੇ ਆਹ ਵੇਖ ਲਓ, ਆਹ ਲੱਗਾ ਹੀਟ ਗਾਰਡ ਲੱਗਾ ਆ, ਸਾਰਾ ਸਮਾਨ ਐਂ ਹੀ ਲਿਆਂਦਾ, ਸਾਰਾ ਕੁਝ ਏਜੰਸੀ ਫਿਟਡ ਆ ਸਾਰਾ ਕੁਝ। ਅਤੇ ਇੱਧਰੋਂ ਤੁਸੀਂ ਵੇਖ ਸਕਦੇ ਸਾਰਾ ਐਂ ਵਧੀਆ ਪ੍ਰੋਪਰ ਫਿਟਿੰਗ ਆਈ ਜਾਂਦੀ, ਠੀਕ ਆ। ਕੋਈ ਤਾਂ ਇੱਕ ਆਹ ਲੰਮੀ ਕਰਨੀ ਪਈ ਥੱਲੋ ਯੂ, ਇਹ ਵੀ ਸੈਕਿੰਡ ਹੈਂਡ ਪਾਈ ਆ। ਤੁਸੀਂ ਦੇਖ ਸਕਦੇ ਹਾਂ ਆਪਣਾ ਰੈਡੀਟਰ ਵੀ ਚੇਂਜ ਕੀਤਾ ਆ ਆਪਾਂ, ਇਹ ਆਪਾਂ 605 ਵਾਲਾ ਲਾਇਆ ਆ। ਅਤੇ ਸ਼ੀਲਡ ਚੇਂਜ ਕੀਤੀ ਸੀ ਇਹਦੀ, ਸ਼ੀਲਡ ਲੋਟ ਨਹੀਂ ਆਈ ਸੀ, ਮਗਰਲੀ ਸ਼ੀਲਡ ਕੀਤੀ ਆ। ਅਤੇ ਆਹ ਮਗਰਾਟ ਆਪਾਂ ਲਿਆਉਂਦੇ ਹਾਂ ਸੈਕਿੰਡ ਹੈਂਡ, ਇਹ ਆਏ ਆ 95 ਦੇ ਆ ਮਗਰਾਟ, ਠੀਕ ਹੈ। ਇਹਨੂੰ ਰੰਗ ਕਰਕੇ ਅਤੇ ਇਹਨੂੰ ਲਾਵਾਂਗੇ, ਠੀਕ ਆ। ਚਲੋ, ਅੱਜ ਦਾ ਵਲੋਗ ਕਰਦੇ ਹਾਂ ਆਪਾਂ ਇੱਥੇ ਖਤਮ, ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਨੈਕਸਟ ਵਲੋਗ 'ਚ। ਯੈਸ।